ਪੰਜਾਬ 'ਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਨਸ਼ਾ ਤਸਕਰਾਂ ਨੂੰ ਮੌਤ ਦੀ ਸਜ਼ਾ ਦੇਣ ਦਾ ਮਤਾ ਪਾਸ ਕਰ ਦਿੱਤਾ ਹੈ। ਨਸ਼ੇ ਕਾਰਨ ਬੀਤੇ ਮਹੀਨੇ 2 ਦਰਜਨ ਤੋਂ ਵੱਧ ਮੌਤਾਂ ਹੋਣ ਤੋਂ ਬਾਅਦ ਕੈਪਟਨ ਨੇ ਹੰਗਾਮੀ ਮੀਟਿੰਗ 'ਚ ਇਹ ਵੱਡਾ ਫੈਸਲਾ ਲਿਆ ਹੈ। ਕੈਬਨਿਟ ਵਿੱਚ ਲਏ ਗਏ ਇਸ ਫੈਸਲੇ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਫੇਸਬੁੱਕ 'ਤੇ ਵੀ ਇਸ ਸੰਬੰਧੀ ਜਾਣਕਾਰੀ ਦਿੱਤੀ ਹੈ। ਉਹਨਾਂ ਲਿਖਿਆ ਹੈ ਕਿ ਮੇਰੀ ਸਰਕਾਰ ਨੇ ਨਸ਼ਾ ਤਸਕਰੀ ਲਈ ਮੌਤ ਦੀ ਸਜ਼ਾ ਨਿਰਧਾਰਤ ਕਰਨ ਬਾਰੇ ਤਜਵੀਜ਼ ਦੇਣ ਦਾ ਫੈਸਲਾ ਕੀਤਾ ਹੈ। ਇਹ ਤਜਵੀਜ਼ ਕੇਂਦਰ ਸਰਕਾਰ ਨੂੰ ਭੇਜੀ ਜਾ ਰਹੀ ਹੈ ਕਿਉਂਕਿ ਨਸ਼ਾ ਤਸਕਰੀ ਸਾਰੀ ਨੌਜਵਾਨ ਪੀੜ੍ਹੀ ਨੂੰ ਖਤਮ ਕਰ ਰਹੀ ਹੈ, ਇਸ ਲਈ ਇਹਨਾਂ ਮਾਮਲਿਆਂ 'ਚ ਮਿਸਾਲੀ ਸਜ਼ਾ ਦੇਣੀ ਹੀ ਬਣਦੀ ਹੈ। ਮੈਂ ਨਸ਼ਾ ਮੁਕਤ ਪੰਜਾਬ ਬਣਾਉਣ ਦੀ ਆਪਣੀ ਵਚਨਬੱਧਤਾ 'ਤੇ ਕਾਇਮ ਹਾਂ। ਕੈਬਨਿਟ ਵਿੱਚ ਲਏ ਗਏ ਅੱਜ ਇਸ ਫੈਸਲੇ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਹੈ ਕਿ ਨਸ਼ੇ ਦੇ ਕਾਰੋਬਾਰ ਵਿੱਚ ਲੱਗੇ ਹਰ ਵਿਅਕਤੀ ਵਿਰੁੱਧ ਸਖ਼ਤੀ ਵਰਤੀ ਜਾਵੇਗੀ। ਬਾਜਵਾ ਨੇ ਕਿਹਾ ਕਿ ਬੇਸ਼ੱਕ ਅਫਸਰ ਹੋਵੇ ਜਾਂ ਸਮੱਗਲਰ, ਕੋਈ ਵੀ ਬਖਸ਼ਿਆ ਨਹੀਂ ਜਾਵੇਗਾ, ਸਾਰਿਆਂ ਉੱਪਰ ਹੀ ਵੱਡੀ ਕਾਰਵਾਈ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਜਿਹੜੇ ਵੀ ਅਫਸਰ ਸ਼ਾਮਲ ਹੋਣਗੇ ਉਹਨਾਂ ਨੂੰ ਤੁਰੰਤ ਬਰਖਾਸਤ ਕੀਤਾ ਜਾਵੇਗਾ। ਬਾਜਵਾ ਨੇ ਇਸ ਦੇ ਨਾਲ ਹੀ ਸਪੱਸ਼ਟ ਕੀਤਾ ਹੈ ਕਿ ਉਹਨਾਂ ਦੀ ਸਰਕਾਰ ਵਿੱਚ ਕਿਸੇ ਨੂੰ ਵੀ ਸਿਆਸੀ ਸਰਪ੍ਰਸਤੀ ਨਹੀਂ ਦਿੱਤੀ ਗਈ ਹੈ। ਉਹਨਾਂ ਇਹ ਵੀ ਕਿਹਾ ਹੈ ਕਿ ਪੰਜਾਬ ਵਿੱਚ ਜਦੋਂ ਦੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆਈ ਹੈ, ਕਿਲੋਆਂ ਦੇ ਹਿਸਾਬ 'ਚ ਨਸ਼ਾ ਵੇਚਣ ਵਾਲੇ ਤਸਕਰ ਕਿਧਰੇ ਵਿਖਾਈ ਨਹੀਂ ਦਿੰਦੇ ਹਨ, ਜਦਕਿ ਕੁੜੀਆਂ ਦੇ ਵਿੱਚ ਹੀ ਨਸ਼ਾ ਵੇਚਿਆ ਜਾ ਰਿਹਾ ਹੈ। ਅੱਜ ਕੈਬਨਿਟ ਮੀਟਿੰਗ ਸੀਗੀ, ਤੋ ਪਹਿਲਾਂ ਥੋੜ੍ਹੀ ਦੇਰ ਕੈਬਨਿਟ ਮੀਟਿੰਗ ਚੱਲੀ, ਫਿਰ ਕੈਬਨਿਟ ਮੀਟਿੰਗ ਛੇਤੀ ਖਤਮ ਹੋ ਗਈ, ਅਫਸਰ ਸਾਹਿਬਾਨ ਚਲੇ ਗਏ, ਫਿਰ ਸਾਡੀ ਇਹਨੇ ਵੇ ਪਾਰਟੀ ਮੀਟਿੰਗ ਕਹਿ ਲਓ, ਜਾਖੜ ਸਾਹਿਬ ਆ ਗਏ ਸੀਗੇ, ਫਿਰ ਉਹ 'ਚ ਲੰਬੀ ਡਿਸਕਸ਼ਨ ਹੋਈ। ਸੋ ਕੈਬਨਿਟ ਮੀਟਿੰਗ ਬੜੀ ਥੋੜ੍ਹਾ ਚਿਰ ਚੱਲੀ, ਬਾਕੀ ਡਿਸਕਸ਼ਨ ਜਿਹੜੀ ਆ ਉਹ ਲੰਬੀ ਹੋਰਨਾਂ ਇਸ਼ੂ 'ਤੇ ਹੁੰਦੀ ਰਹੀ। ਜਿਹੜੀ ਕੈਬਨਿਟ ਮੀਟਿੰਗ 'ਚ ਮੇਨ ਮੁੱਦਾ ਸੀਗਾ ਵੀ ਜਿਹੜੇ ਡਰੱਗ ਵੇਚਣ ਵਾਲੇ ਨੇ ਉਹਨਾਂ ਨੂੰ ਫਾਂਸੀ ਦੀ ਸਜ਼ਾ ਵੀ ਹੋਣੀ ਚਾਹੀਦੀ ਆ, ਉਹਦੀ ਚਿੱਠੀ ਸੈਂਟਰ ਸਰਕਾਰ ਨੂੰ ਭੇਜੀ ਜਾ ਸਕੇ, ਤਾਂ ਜੋ ਇਹ ਮਸਲਾ ਪੰਜਾਬ ਸਰਕਾਰ ਦੇ ਵੱਸ ਨਹੀਂ, ਸੈਂਟਰ ਸਰਕਾਰ ਦੇ ਵੱਸ ਹੈ। ਉਹਨੂੰ ਰਿਕਮੈਂਡ ਕਰਕੇ ਭੇਜਾਂਗੇ ਵੀ ਇਹ ਜਿਹੜਾ ਬਿਮਾਰੀ ਹੈ ਇਹਦਾ ਪੱਕਾ ਇਲਾਜ ਅਸੀਂ ਸੋਚਦੇ ਹਾਂ ਫਾਂਸੀ ਹੋਈ ਹੈ, ਅਤੇ ਉਹ ਰਿਕਮੈਂਡ ਕਰਕੇ ਸੈਂਟਰ ਗਵਰਨਮੈਂਟ ਭੇਜੇ। ਦੂਜੇ ਜਿਨ੍ਹਾਂ ਦੇ ਖਿਲਾਫ਼ ਸਬੂਤ ਮਿਲੇਗਾ, ਭਾਵੇਂ ਉਹ ਆਮ ਸਿਟੀਜ਼ਨ ਹੈ ਭਾਵੇਂ ਉਹ ਅਫਸਰ ਹੈ, ਕਿਸੇ ਨੂੰ ਮਾਫ਼ ਨਹੀਂ ਕੀਤਾ ਜਾਏਗਾ, ਸਖ਼ਤ ਤੋਂ ਸਖ਼ਤ ਐਕਸ਼ਨ ਲਿਆ ਜਾਵੇ। ਇਹ ਅੱਜ ਦਾ ਫੈਸਲਾ ਸੀ। ਬਾਕੀ DGP ਸਾਹਿਬ ਨੇ ਆਪਣੇ ਕੋਲ ਅੰਕੜੇ ਦਿੱਤੇ, ਇੰਨੇ ਪਰਚੇ ਹੋ ਗਏ, ਇੰਨੇ ਪਰਚੇ ਹੋ ਗਏ, ਉਹ ਤੁਹਾਨੂੰ ਅੰਕੜੇ ਮਿਲ ਜਾਣਗੇ। ਸੋ ਇੰਨੀ ਜਿਹੜੀ ਸੀ ਸਾਡੀ ਅਫੀਸ਼ੀਅਲ ਕੈਬਨਿਟ ਮੀਟਿੰਗ ਸੀ। ਐਨੀ ਕੁਐਸਚਨ? ਸਰ ਇਹ ਆਂਕੜੇ ਵਾਲੀ ਜਿਹੜੀ ਗੱਲ ਕੀਤੀ ਹੈ, ਇਹ ਆਂਕੜੇ ਤੋਂ ਜਦੋਂ ਡਿਪਟੀ ਸੀਐਮ ਤੇ ਸੁਖਬੀਰ ਬਾਦਲ ਉਹ ਵੀ ਇੱਦਾਂ ਦੇ ਆਂਕੜੇ ਦਿੰਦੇ ਸੀ, ਠੀਕ ਹੈ, ਹਾਲਾਤ ਉਦਾਂ ਹੀ ਸੁਣਦੇ, ਹੁਣ ਤੋਂ ਹਾਲਾਤ ਪਹਿਲੇ ਤੋਂ ਵੀ ਜ਼ਿਆਦਾ ਬਦਤਰ ਹੋ ਗਏ। ਬਿਲਕੁਲ ਗਲਤ ਗੱਲ ਆ, ਕੋਈ ਬਦਤਰ ਨਹੀਂ ਹੋਏ, ਹਾਲਾਤ ਬਹੁਤ ਚੰਗੇ ਨੇ, ਹਾਲਾਤ ਦਿਨ ਬਦਿਨ ਠੀਕ ਹੋ ਰਹੇ ਨੇ। ਜਿਹੜਾ 1-2 ਕਿਲੋ ਵੇਚਣ ਵਾਲਾ ਅਸੀਂ ਸਾਰੇ ਫੜ ਲਏ ਗਏ ਨੇ, ਕੁੜੀਆਂ ਵਾਲੇ ਰਹਿ ਗਏ ਨੇ, ਉਹਦਾ ਵੀ ਇਲਾਜ ਬੜੀ ਛੇਤੀ ਹੋਵੇ। ਨੌਜਵਾਨਾਂ ਦੀ ਮੌਤ ਹੋ ਗਈ ਜਿਹੜੇ ਟੀਕੇ ਲਾ ਕੇ ਹੋਏ ਆ ਜਾਂ
ਕਿੰਨਾ ਮਤਲਬ ਪੰਜਾਬ ਦੇ ਵਿੱਚ ਜਿਹੜੇ ਇੱਕ ਸੋਸ਼ਲ ਮੀਡੀਆ 'ਤੇ ਵੀ ਲਹਿਰ ਚੱਲਦੀ ਆ, ਇੱਕ ਹਫ਼ਤੇ ਵਾਸਤੇ ਕਾਲਾ ਹਫ਼ਤਾ ਮਨਾਇਆ ਜਾ ਰਿਹਾ, ਤੁਸੀਂ ਕਹਿ ਰਹੇ ਜੀ ਸਾਰੇ ਅਸੀਂ ਕਾਬੂ ਕਰ ਲਏ ਜੀ, ਉਹ ਤਾਂ ਸਭ ਕੁਝ ਜਿਹੜੀ ਮੈਂ ਬਿਲਕੁਲ ਨਹੀਂ ਆਖਿਆ ਮੈਂ ਸਾਰੇ ਕਾਬੂ ਕਰ ਲਏ, ਮੈਂ ਕਿਲੋ ਦੋ ਕਿਲੋ ਵਾਲੇ ਕਾਬੂ ਕਰ ਲਏ, ਕੁੜੀਆਂ ਵਾਲੇ ਕਾਬੂ ਕਰਨੇ ਆ, ਸੋਸ਼ਲ ਮੀਡੀਆ ਵਾਲਿਆਂ ਜਿਹਨੇ ਮੂੰਹ ਚਲਾਈ ਆ ਮੈਂ ਇਹਨਾਂ ਨੂੰ ਵਧਾਈ ਦਿੰਦਾ, ਇਸ ਮੂਵ ਨੂੰ ਕੰਟੀਨਿਊ ਰੱਖਣ, ਕਿਉਂਕਿ ਜਿੰਨੀ ਦੇਰ ਤੱਕ ਲੋਕ ਨਾਲ ਨਹੀਂ ਤੁਰਦੇ, ਜਿੰਨੀ ਦੇਰ ਤੱਕ ਸੋਸ਼ਲ ਮੀਡੀਆ ਨਾਲ ਨਹੀਂ ਤੁਰਦਾ ਇਹ ਬਿਮਾਰੀ ਨਹੀਂ ਮੁੱਕ ਸਕਦੀ। ਜੇ ਪੰਜਾਬ 'ਚੋਂ ਕਾਲੀਆਂ ਰਾਤਾਂ ਲੋਕਾਂ ਨੇ ਕੱਢੀਆਂ, ਇਹ ਵੀ ਬਿਮਾਰੀ ਲੋਕਾਂ ਨੇ ਕੱਢੀਆਂ। ਮੈਂ ਲੋਕਾਂ ਨੂੰ ਅਪੀਲ ਕਰਨੀ ਚਾਹੁੰਦਾ, ਜੇ ਕਿਸੇ ਦਾ ਪੁੱਤਰ IAS ਹੁੰਦਾ ਉਸ ਪਰਿਵਾਰ ਨੂੰ ਵਧਾਈ ਮਿਲਦੀ ਹੈ, ਜੇ ਕਿਸੇ ਦਾ ਪੁੱਤਰ ਅਮਲੀ ਹੁੰਦਾ ਤਾਂ ਉਸ ਪਰਿਵਾਰ ਨੂੰ ਹੀ ਸ਼ਰਮ ਝੱਲਣੀ ਪਏਗੀ। ਮਾਪੇ ਆਪਣੇ ਪੁੱਤਰਾਂ ਦਾ ਇਲਾਜ ਹੋਣ, ਨਾ ਕਿ ਸਰਕਾਰ ਉਸ ਨੂੰ ਸਾਂਭੇ। ਬਿਊਰੋ ਰਿਪੋਰਟ, ਪੰਜਾਬ ਟੂਡੇ।